ਮੈਂ ਮਹਿਸੂਸ ਕਰਦਾ ਹੈਗਾ ਕਿ ਮੇਰੀ ਲਾਈਫ ਦੇ ਵਿੱਚ ਮੈਂ ਇਹ ਪਹਿਲੀ ਵਾਰੀ ਐਡਾ ਵੱਡਾ ਇਕੱਠ ਦੇਖਿਆ ਹੈਗਾ ਜਿਹੜਾ ਕਿ ਆਵਾਮ ਨੇ ਆਪਣੇ ਆਪ ਚੱਲ ਕੇ ਇੱਥੇ ਪਹੁੰਚ ਕੇ ਇਹਨੂੰ ਕ੍ਰੀਏਟ ਕੀਤਾ ਹੈਗਾ। ਸੋ ਕਿਸਾਨ ਵੀਰਾਂ ਨੇ ਵੀ ਆਪਣੀਆਂ ਮੰਗਾਂ ਲਈਆਂ ਹੈਗੀਆਂ, ਲੋਕ ਇਹਨਾਂ ਦੇ ਨਾਲ ਹੈਗੇ ਆ। ਔਰ ਜਦੋਂ ਅਸੀਂ ਇੱਥੇ ਆਏ ਹੈਗੇ ਤਾਂ ਦੇਖਿਆ ਕਿ ਇੱਥੇ ਆਣ ਕੇ ਬੜੀਆਂ ਮੁਸ਼ਕਲਾਂ ਸੀਗੀਆਂ, ਟਿੱਕਰੀ ਬਾਰਡਰ ਦੇ ਉੱਤੇ, ਸਿੰਘੂ ਬਾਰਡਰ ਦੇ ਉੱਤੇ ਵੀ ਦੇਖਿਆ ਜਾ ਕੇ। ਸੋ ਉਹਨਾਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਸਾਡਾ ਮਤਲਬ NGO ਸਿਸਟਮ ਹੈਗਾ, ਅਸੀਂ ਉਹਨਾਂ ਦੇ ਨਾਲ ਆਪਣੇ ਤਾਲਮੇਲ ਕੀਤਾ, ਸਾਡੇ ਆਪਣੇ ਦੋਸਤ ਮਿੱਤਰ ਹੈਗੇ ਸਾਰੇ। ਸੋ ਉਹਦੇ ਵਿੱਚ ਸਿੱਖ ਪੰਚਾਇਤ ਅਤੇ ਸਿੱਖ ਫਾਰ ਹਿਊਮੈਨਿਟੀਜ਼ ਗਰੁੱਪ ਜਿਹੜਾ ਹੈਗਾ, ਉਹਨਾਂ ਨੇ ਅੱਗੇ ਆਣ ਕੇ ਕੰਮ ਕਰਨਾ ਸ਼ੁਰੂ ਕੀਤਾ। ਸੋ ਅਸੀਂ ਰੈਕੀ ਕਰਕੇ ਗਏ ਸੀ, ਦੇਖਿਆ ਸੀਗਾ ਕਿ ਇੱਥੇ ਪਾਣੀ ਚਾਹੀਦਾ ਹੈਗਾ ਗਰਮ, ਔਰ ਇਹਨਾਂ ਨੂੰ ਸੌਣ ਵਾਸਤੇ ਕੋਈ ਟੈਂਟ ਨਹੀਂ ਹੈਗਾ, ਕੋਈ ਤੰਬੂ ਨਹੀਂ ਹੈਗਾ, ਜਾਂ ਕੋਈ ਉੱਤੇ ਸਿਰ ਦੇ ਛੱਤ ਨਹੀਂ ਹੈਗੀ, ਠੰਡ ਦੇ 'ਚ ਠੋਠ ਕਰਦੇ ਕਿਸਾਨ ਬੈਠੇ ਨੇ ਵਿਚਾਰੇ ਹੈਗੇ। ਮਦਦ ਕਰਦੇ ਰਹੇ ਜੀ, ਅਸੀਂ ਇਸ ਮੂਵਮੈਂਟ ਨੂੰ ਲਗਾਤਾਰ ਮਦਦ ਕਰਦੇ ਰਹਾਂਗੇ, ਕਿਉਂਕਿ ਇਹ ਮੂਵਮੈਂਟ ਜਿਹੜੀ ਹੈਗੀ ਆ ਆਵਾਮ ਦੀ ਮੂਵਮੈਂਟ ਹੈਗੀ, ਲੋਕਾਂ ਦੀ ਮੂਵਮੈਂਟ ਹੈਗੀ ਆ। ਸੋ ਅਸੀਂ NGO ਦੇ ਤੌਰ ਦੇ ਉੱਤੇ ਪਿਛਲੇ ਦਿਨੀ ਧਿਆਨ ਵਿੱਚ ਆਇਆ ਹੈਗਾ ਕਿ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਉਹਨਾਂ ਦੀਆਂ ਮੌਤਾਂ ਵੀ ਹੋਈਆਂ ਹੈਗੀਆਂ। ਸੋ ਉਹਨਾਂ ਦੀਆਂ ਫੈਮਿਲੀਜ਼ ਨੂੰ ਅਡੋਪਟ ਕਰ ਰਹੇ ਹੈਗੇ ਆ, ਉਹਨਾਂ ਦੇ ਜਿਹੜੇ ਬੱਚੇ ਹੈਗੇ ਉਹਨਾਂ ਦੀ ਪੜ੍ਹਾਈ ਦਾ ਖਿਆਲ ਰੱਖਾਂਗੇ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਵਾਂਗੇ। ਸੋ ਜੋ ਵੀ ਉਹਨਾਂ ਦਾ ਖਰਚਾ ਹੈਗਾ ਉਹ ਸਾਡੀ NGO ਜਿਹੜੀ ਹੈਗੀ ਆ ਉਹ ਟੋਇਲਟ ਕਰੂਗੀ। ਸੋ ਅਸੀਂ ਆਪਣੇ ਪੱਧਰ ਦੇ ਉੱਤੇ ਇੰਨਾ ਕਰ ਸਕਦੇ। ਮੇਰਾ ਨਾਮ ਸ਼ੈਲਿੰਦਰ ਸਿੰਘ।